ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਵਿਦਿਆਰਥੀ ਦਮਦਮੀ ਟਕਸਾਲ। ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ, ਕੀ ਘਟਨਾ? ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗੁਲਾਬਾ ਅਤੇ ਪੰਜਾਬਾਂ ਅਤੇ ਸਮਰਾਲੇ ਦੇ ਵਿੱਚ ਸਥਿਤ ਹੈ, ਅਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ, ਅਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫ਼ੀ ਮੰਗ ਲਈ ਆ। ਅਤੇ ਚਲੋ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ, ਜੇ ਸ਼ਰਨ ਆਵੈ ਅਤੇ ਸਕੰਠ ਲਾਵੈ ਔਰ ਬਿਰਧ ਸੁਆਮੀ ਸੰਧਾ, ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਹਿੱਕ ਨਾਲ ਲਾਉਂਦੇ ਨੇ, ਅਤੇ ਵੱਡਾ ਭੰਨ ਹੈ ਜਥੇਬੰਦੀਆਂ ਦਾ ਅਤੇ ਪ੍ਰਸ਼ਾਸਨ ਦਾ। ਜਿਹੜੀ ਗੁਰਦੁਆਰੇ ਦੀ ਕਮੇਟੀ ਆ, ਉਹਦੇ 'ਤੇ ਕੀ ਕਾਰਵਾਈ? ਉਹਦੇ 'ਤੇ ਅਸੀਂ ਇਕੱਠੇ ਹੋ ਕੇ ਕਮੇਟੀ 'ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਪਾਵਾਂਗੇ। ਪ੍ਰਬੰਧਕ ਕਮੇਟੀ ਅੰਮ੍ਰਿਤਧਾਰੀ ਹੋਵੇ ਅਤੇ ਯੋਗ ਹੋਵੇ, ਅਤੇ ਗ੍ਰੰਥੀ ਸਿੰਘ ਯੋਗ ਹੋਵੇ, ਅਤੇ ਜਿਹੜੀਆਂ ਬੇਅਦਬੀਆਂ ਅਤੇ ਨਰਾਦਰੀਆਂ ਇਹ ਸਤਿਗੁਰਾਂ ਦੀਆਂ ਬਾ ਤੋਂ ਹਟਾਈਆਂ ਜਾ ਸਕਣ। ਬੈਠ ਜੀ। ਸੁਖਵੀਰ ਸਿੰਘ ਜੀ, ਕੀ ਅੱਜ ਜਿਹੜਾ ਗੁਰਦੁਆਰੇ 'ਚ ਕੀ ਘਟਨਾ? ਘਟਨਾ ਇਹ ਹੋਈ ਹੈ, ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ। ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ, ਬੇਅਦਬੀ ਦੇ ਚੱਕਰ 'ਚ ਤਾਂ ਨਹੀਂ ਜੀ ਆਇਆ ਉਹ, ਵੈਸੇ ਹੀ ਅਸੀਂ ਗਾਹਾਂ ਚੋਰੀ ਦੇ ਚੱਕਰ 'ਚ ਸੀਗਾ ਜੀ। ਕਿੰਨੀ ਸਾਲ ਦਾ ਬੱਚਾ ਸੀਗਾ? ਛੋਟਾ ਹੀ ਸੀ ਬੱਚਾ ਜੀ। ਉਹਨੂੰ ਸਾਰਾ ਸਮਝਾਤਾ ਵੀ ਗਾਹਾਂ ਵਾਸਤੇ ਇੱਥੇ ਕੋਈ ਅਣਸਖਾ ਵੀ ਘਟਨਾ ਨਾ ਵਾਪਰੇ। ਉਹਦੇ ਘਰਦਿਆਂ ਨੂੰ ਹੁਣ ਬੁਲਾ ਕੇ ਸਾਰੀ ਗੱਲ ਕਰਾਂਗੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ? ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀਗਾ ਜੀ। ਹੁਣ ਉਹ ਬੱਚੇ ਨੂੰ ਕਿੱਥੇ ਆ? ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਜੀ। ਇੱਥੇ ਨਾ ਛੋਟਾ ਜਿਹਾ ਬੱਚਾ ਸੀ 12 ਸਾਲ ਦਾ, ਉਹ ਜਿਹੜਾ ਸਾਨੂੰ ਤਾਂ ਐਂ ਲੱਗ ਰਿਹਾ ਜਿਵੇਂ ਥੋੜ੍ਹਾ ਜਿਹਾ ਕੋਈ ਛੋਟੀ ਮੋਟੀ ਚੋਰੀ ਦੇ ਇਰਾਦੇ ਨਾਲ ਆਇਆ ਸੀ, ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਕਾਰਵਾਈ ਕੀਤੀ ਜਾ ਰਹੀ ਹੈ? ਉਹ ਹੁਣ ਤੁਸੀਂ ਕਰਕੇ ਕਾਨੂੰਨ ਨੇ ਸਰਕਾਰ ਵੀ ਕਰਦਾ।